ਸਾਇਸ ਮੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਬਨਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਔਰ ਮਾਨ ਸਰਕਾਰ ਦੀ ਕੈਬਨਟ ਦੇ ਨਾਲ ਜੁੜੀ ਹੋਈ ਹੈ ਬੇहद ਵੱਡੀ ਖਬਰ ਹੈ ਔਰ ਕੱਲ ਦੋ ਨਵੇਂ ਮੰਤਰੀ ਜਿਹੜੇ ਸੌ ਚੁੱਕਣਗੇ ਔਰ ਇਸਤੇ ਜਿਹੜਾ ਰਾਜਪਾਲ ਤੋਂ ਸਮਾਂ ਵੀ ਮੰਗਿਆ ਗਿਆ ਤਾਂ ਲਗਾਤਾਰ ਕਿਆਸ ਲੱਗ ਰਹੇ ਸੀਗੇ ਔਰ ਦੱਸਦੀ ਹੈ ਕਿ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦੇ ਮੰਤਰੀ ਬਣਨ ਦੀ ਲਗਾਤਾਰ ਜਿਹੜੀ ਖਬਰ ਆ ਰਹੀ ਹੈ ਕਿ ਇਹਨਾਂ ਨੂੰ ਕੈਬਨਟ ਦੇ ਵਿੱਚ ਥਾਂ ਮਿਲ ਸਕਦੀ ਹੈ ਔਰ ਇੱਕ ਚੀਜ਼ੇ ਵੀ ਦੱਸਦੀ ਹੈ ਕਿ ਲੋਕਲ ਬਾਡੀ ਮੰਤਰੀ ਨੇ ਇੰਦਰਬੀਰ ਨਿੱਜਰ ਔਰ ਨਾਲ ਦੀ ਨਾਲ ਡਾਕਟਰ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਅਸਤੀਫੇ ਪਿਛਲੇ ਕਾਰਨ ਕੀ ਨੇ ਇਹ ਚੀਜ਼ਾਂ ਸਾਫ਼ ਨਹੀਂ ਹੋ ਪਾਈਆਂ ਤਾਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਹੁਣ ਚਰਚਾਵਾਂ ਲੈ ਕੇ ਜਿਹੜਾ ਕੈਬਨਿਟ ਦੇ ਵਿੱਚ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਥਾਂ ਮਿਲ ਸਕਦੀ ਹੈ ਗੁਰਮੀਤ ਖੁੱਡੀਆਂ ਉਹ ਨਾਮ ਜਿਨ੍ਹਾਂ ਨੇ ਮਰਹੂਮ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਮਾਰ ਦਿੱਤੀ ਸੀ ਉਦੋਂ ਬਹੁਤ ਚਰਚਾ ਦੇ ਵਿੱਚ ਆਏ ਸੀ ਔਰ ਨਾਲ ਦੀ ਨਾਲ ਬਲਕਾਰ ਸਿੰਘ ਬਲਕਾਰ ਸਿੰਘ ਦੱਸ ਦਈਏ ਕਿ ਰਾਖਵੇਂ ਹਲਕੇ ਕਰਤਾਰਪੁਰ ਤੋਂ ਵਿਧਾਇਕ ਨੇ ਔਰ ਬਲਕਾਰ ਸਿੰਘ ਨੂੰ ਵੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ ਤਾਂ ਵੱਡਾ ਇੱਕ ਬਹੁਤ ਵੱਡੀ ਇਸ ਵੇਲੇ ਦੀ ਅਪਡੇਟ ਹੈ ਗੁਰਮੀਤ ਸਿੰਘ ਖੁੱਡੀਆਂ ਔਰ ਬਲਕਾਰ ਸਿੰਘ ਦੇ ਨਾਮ ਤੇ ਵੀ ਚਰਚਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਬਨਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਔਰ ਮਾਨ ਸਰਕਾਰ ਦੀ ਕੈਬਨਟ ਦੇ ਨਾਲ ਜੁੜੀ ਹੋਈ ਹੈ ਬੇहद ਵੱਡੀ ਖਬਰ ਹੈ ਔਰ ਕੱਲ ਦੋ ਨਵੇਂ ਮੰਤਰੀ ਜਿਹੜੇ ਸੌ ਚੁੱਕਣਗੇ ਔਰ ਇਸਤੇ ਜਿਹੜਾ ਰਾਜਪਾਲ ਤੋਂ ਸਮਾਂ ਵੀ ਮੰਗਿਆ ਗਿਆ ਤਾਂ ਲਗਾਤਾਰ ਕਿਆਸ ਲੱਗ ਰਹੇ ਸੀਗੇ ਔਰ ਦੱਸ ਦਈਏ ਕਿ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦੇ ਮੰਤਰੀ ਬਣਨ ਦੀ ਲਗਾਤਾਰ ਜਿਹੜੇ ਖਬਰ ਆ ਰਹੀ ਹੈ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ ਔਰ ਇੱਕ ਚੀਜ਼ ਇਹ ਵੀ ਦੱਸਦੀ ਹੈ ਕਿ ਲੋਕਲ ਬਾਡੀ ਮੰਤਰੀ ਨੇ ਇੰਦਰਬੀਰ ਨਿੱਜਰ ਔਰ ਨਾਲ ਦੀ ਨਾਲ ਡਾਕਟਰ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਅਸਤੀਫੇ ਪਿਛਲੇ ਕਾਰਨ ਕੀ ਨੇ ਇਹ ਚੀਜ਼ਾਂ ਸਾਫ਼ ਨਹੀਂ ਹੋ ਪਾਈਆਂ ਤਾਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਹੁਣ ਚਰਚਾਵਾਂ ਨੇਕ ਕੇ ਜਿਹੜਾ ਕੈਬਨਿਟ ਦੇ ਵਿੱਚ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਥਾਂ ਮਿਲ ਸਕਦੀ ਹੈ ਗੁਰਮੀਤ ਖੁੱਡੀਆਂ ਉਹ ਨਾਮ ਜਿਨ੍ਹਾਂ ਨੇ ਮਰਹੂਮ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਮਾਰ ਦਿੱਤੀ ਸੀ ਉਦੋਂ ਬਹੁਤ ਚਰਚਾ ਦੇ ਵਿੱਚ ਆਏ ਸੀ ਔਰ ਨਾਲ ਦੀ ਨਾਲ ਬਲਕਾਰ ਸਿੰਘ ਬਲਕਾਰ ਸਿੰਘ ਦੱਸ ਦਈਏ ਕਿ ਰਾਖਵੇਂ ਹਲਕੇ ਕਰਤਾਰਪੁਰ ਤੋਂ ਵਿਧਾਇਕ ਨੇ ਔਰ ਬਲਕਾਰ ਸਿੰਘ ਨੂੰ ਵੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ ਤਾਂ ਵੱਡਾ ਇੱਕ ਬਹੁਤ ਵੱਡੀ ਇਸ ਵੇਲੇ ਦੀ ਅਪਡੇਟ ਹੈ ਗੁਰਮੀਤ ਸਿੰਘ ਖੁੱਡੀਆਂ ਔਰ ਬਲਕਾਰ ਸਿੰਘ ਦੇ ਨਾਮ ਤੇ ਵੀ ਚਰਚਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਬਨਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਔਰ ਮਾਨ ਸਰਕਾਰ ਦੀ ਕੈਬਨਟ ਦੇ ਨਾਲ ਜੁੜੀ ਹੋਈ ਹੈ ਬੇहद ਵੱਡੀ ਖਬਰ ਹੈ ਔਰ ਕੱਲ ਦੋ ਨਵੇਂ ਮੰਤਰੀ ਜਿਹੜੇ ਸੌ ਚੁੱਕਣਗੇ ਔਰ ਇਸਤੇ ਜਿਹੜਾ ਰਾਜਪਾਲ ਤੋਂ ਸਮਾਂ ਵੀ ਮੰਗਿਆ ਗਿਆ ਤਾਂ ਲਗਾਤਾਰ ਕਿਆਸ ਲੱਗ ਰਹੇ ਸੀਗੇ ਔਰ ਦੱਸਦੀ ਹੈ ਕਿ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦੇ ਮੰਤਰੀ ਬਣਨ ਦੀ ਲਗਾਤਾਰ ਜਿਹੜੇ ਖਬਰ ਆ ਰਹੀ ਹੈ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ ਔਰ ਇੱਕ ਚੀਜ਼ ਇਹ ਵੀ ਦੱਸਦੀ ਹੈ ਕਿ ਲੋਕਲ ਬਾਡੀ ਮੰਤਰੀ ਨੇ ਇੰਦਰਬੀਰ ਨਿੱਜਰ ਔਰ ਨਾਲ ਦੀ ਨਾਲ ਡਾਕਟਰ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਅਸਤੀਫੇ ਪਿਛਲੇ ਕਾਰਨ ਕੀ ਨੇ ਇਹ ਚੀਜ਼ਾਂ ਸਾਫ਼ ਨਹੀਂ ਹੋ ਪਾਈਆਂ ਤਾਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਹੁਣ ਚਰਚਾਵਾਂ ਨੇਕ ਕੇ ਜਿਹੜਾ ਕੈਬਨਿਟ ਦੇ ਵਿੱਚ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਥਾਂ ਮਿਲ ਸਕਦੀ ਹੈ ਗੁਰਮੀਤ ਖੁੱਡੀਆਂ ਉਹ ਨਾਮ ਜਿਨ੍ਹਾਂ ਨੇ ਮਰਹੂਮ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਮਾਰ ਦਿੱਤੀ ਸੀ ਉਦੋਂ ਬਹੁਤ ਚਰਚਾ ਦੇ ਵਿੱਚ ਆਏ ਸੀ ਔਰ ਨਾਲ ਦੀ ਨਾਲ ਬਲਕਾਰ ਸਿੰਘ ਬਲਕਾਰ ਸਿੰਘ ਦੱਸ ਦਈਏ ਕਿ ਰਾਖਵੇਂ ਹਲਕੇ ਕਰਤਾਰਪੁਰ ਤੋਂ ਵਿਧਾਇਕ ਨੇ ਔਰ ਬਲਕਾਰ ਸਿੰਘ ਨੂੰ ਵੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ ਤਾਂ ਵੱਡਾ ਇੱਕ ਬਹੁਤ ਵੱਡੀ ਇਸ ਵੇਲੇ ਦੀ ਅਪਡੇਟ ਹੈ ਗੁਰਮੀਤ ਸਿੰਘ ਖੁੱਡੀਆਂ ਔਰ ਬਲਕਾਰ ਸਿੰਘ ਦੇ ਨਾਮ ਤੇ ਵੀ ਚਰਚਾ